ਹਾਏ ਗਾਇਜ਼, ਵੈਲਕਮ ਟੂ ਮਾਈ ਚੈਨਲ ਸੈਮ ਅਤੇ ਦੁਬਈ ਵਾਲੇ। ਫਾਈਨਲੀ ਅੱਜ ਤੁਹਾਨੂੰ ਦੱਸਦੇ ਹਾਂ ਕਿ ਦੁਬਈ 'ਚ ਰੋਟੀ ਆਪਾਂ ਬਣਾਉਣ ਲਾਇਆ ਵਾ ਆਲੂ ਵਾਲਾ ਨਾਨ, ਅਤੇ ਹੁਣੇ ਤੁਹਾਨੂੰ ਦੱਸਾਂਗੇ ਕਿ ਆਲੂ ਵਾਲਾ ਨਾਨ ਕਿੱਦਾਂ ਬਣਦਾ। ਉਹ ਵੇਖੋ, ਉੱਥੇ ਲਿਖੇ ਦੇ ਪ੍ਰਾਈਜ਼ ਵਗੈਰਾ ਸਾਰਿਆਂ ਦੇ। ਸੋ ਆਹ ਇਹਨਾਂ ਦਾ ਤੰਦੂਰ ਆ, ਤੰਦੂਰ ਦੇ ਤੁਹਾਨੂੰ ਦੱਸਦੇ ਹਾਂ 3 ਗ੍ਰਾਮ ਦਾ, ਇੰਡੀਆ ਦਾ 60 ਰੁਪਏ ਬਣਦੇ ਆ, ਠੀਕ ਆ। ਸੋ ਦੇਖਦੇ ਹਾਂ, ਤੁਹਾਨੂੰ ਮੈਂ ਵਿਖਾ ਦਿੰਦਾ ਵਾਂ ਕਿ ਜਿਹੜੀ ਰੋਟੀ ਦੇ ਪ੍ਰਾਈਜ਼ ਵਗੈਰਾ ਉਹ ਕਿੱਦਾਂ ਦਿੰਦੇ ਆ। ਵੇਖੋ, ਇਹਨਾਂ ਨੇ ਦੱਸਿਆ ਹੋਇਆ ਕਿ ਅਫਗਾਨੀ ਸੀਜ਼ਨ ਬ੍ਰੈਡ ਆ ਬਣ ਗਿਆ ਆਲੂ ਵਾਲਾ ਨਾਨ। ਹੁਣ ਇਹਨਾਂ ਨੇ ਲਾ ਲੈਣਾ ਤੰਦੂਰ ਦੇ ਵਿੱਚ। ਚਲੋ, ਨਾਨ ਜਦੋਂ ਆਏਗਾ ਫਿਰ ਤੁਹਾਨੂੰ ਦੱਸ ਦਾਂਗੇ। ਠੀਕ, ਆਹ ਰੋਟੀ ਆ, ਰੋਟੀ ਦਾ ਸਾਈਜ਼ ਵੇਖੋ ਕਿੰਨੀ ਕਿੰਨੀ ਰੋਟੀ। ਚਲੋ, ਰੋਟੀ ਵੀ ਲਾ ਤੀ ਇਹਨਾਂ ਨੇ, ਜਦੋਂ ਆਉਂਦੀ ਤਾਂ ਘਰ ਦੇ ਕੱਟੇ ਦਾਲ ਕੱਟੇ ਕਰੋ ਵੇਟ। ਲੋ ਗਾਈਜ਼, ਮੈਨੂੰ ਲੱਗਦਾ ਕਿ ਰੋਟੀ ਬਣ ਗਈ ਆ, ਰੋਟੀ ਕੱਢਦੇ ਲੱਗੇ। ਚਲੋ, ਆਹ ਬਣ ਗਈ ਰੋਟੀ, ਅਤੇ ਆਹ 150 ਗ੍ਰਾਮ ਦੀ ਇੰਡੀਆ ਦੇ ਜੀ, 30 ਗ੍ਰਾਮ 30-32 ਗ੍ਰਾਮ ਦੀ ਹੁੰਦੀ ਰੋਟੀ ਦੇ ਜੀ। ਕੀ ਹੋਈ ਜੀ ਰੋਟੀ ਇੱਦਾਂ ਦੀ ਹੁੰਦੀ, ਵੱਡੀ ਵੱਡੀ ਰੋਟੀ ਹੁੰਦੀ, ਇੱਕ ਰੋਟੀ ਖਾ ਕੇ ਵੱਧ ਵੱਧ ਹੋਈ ਜੀ। ਆਪਣਾ ਪਰਾਂਠਾ ਦੇ ਮੇਰੇ ਤਾਂ ਖਾਇਆ ਵੀ ਨਹੀਂ। ਲੋ ਗਾਈਜ਼, ਆਪਣਾ ਪਰਾਂਠਾ ਹੋ ਗਿਆ ਰੈਡੀ। ਚੱਲ ਬਈ, ਕਿਹੜਾ ਆ ਜੀ, ਆਹ ਆਪਣਾ ਆ ਗਿਆ ਪਰਾਂਠਾ, ਆਲੂ ਪਰਾਂਠਾ, ਕੋਈ ਵੀ ਲਗਾ ਦਿਓ। ਲਓ ਜੀ, ਆਪਣਾ ਪਰਾਂਠਾ ਬਣ ਗਿਆ, ਰੈਡੀ ਹੋ ਗਿਆ ਜੀ। ਹੁਣ ਇਹਨੂੰ ਲਾਉਣਗੇ ਓਇਲ, ਮਤਲਬ ਕਿ ਰਿਫਾਇਨ ਵਗੈਰਾ ਲਾਉਣਗੇ। ਹੋ ਗਿਆ ਰੈਡੀ, ਹੁਣ ਆਪਾਂ ਲੈ ਕੇ ਤਾਂ ਆਪਾਂ ਅੱਗੇ ਚੱਲੇ ਹਾਂ। ਚਲੋ ਜੀ, ਸਰਦੀ ਜਿਹਾ ਭੱਜੋ, ਬਦਲਦੇ ਹਾਂ।